ਤੁਸੀਂ ਸਾਰਿਆਂ ਨੇ ਬਾਲੀਵੁੱਡ ਐਕਟਰ ਅਨੁਪਮ ਖੇਰ ਦਾ ਨਾਮ ਤਾਂ ਸੁਣਿਆ ਹੀ ਹੋਣਾ। ਜੀ ਹਾਂ, ਉਹੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਤੇ ਕਰਮਾ ਫਿਲਮ ਵਾਲੇ ਡਾਕਟਰ ਡੈਂਗ। ਹੁਣ ਤੱਕ ਤੁਸੀਂ ਫਿਲਮਾਂ 'ਚ ਉਹਨਾਂ ਦੇ ਜਿਹੜੇ ਕਿਰਦਾਰ ਦੇਖੇ ਨੇ ਉਸ ਬਾਰੇ ਸ਼ਾਇਦ ਹਰ ਕਿਸੇ ਦੀ ਆਪੋ ਆਪਣੀ ਰਾਏ ਹੋਵੇਗੀ, ਪਰ ਅੱਜ ਅਸੀਂ ਅਨੁਪਮ ਖੇਰ ਦਾ ਜੋ ਰੂਪ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਉਸ ਨੂੰ ਦੇਖਣ ਲਈ ਤੁਸੀਂ ਬਾਰ-ਬਾਰ ਇਸ ਵੀਡੀਓ ਨੂੰ ਮੋੜ-ਮੋੜ ਕੇ ਵੇਖਣ ਲਈ ਮਜਬੂਰ ਹੋ ਜਾਵੋਗੇ। ਜੀ ਹਾਂ, ਇਹ ਇੱਕ ਅਜਿਹੀ ਵਾਇਰਲ ਵੀਡੀਓ ਹੈ ਜਿਹੜੀ ਨਿਊਯਾਰਕ ਦੇ ਇੱਕ ਪੰਜਾਬੀ ਕੈਬ ਡਰਾਈਵਰ ਦੀ ਗੱਡੀ 'ਚ ਬੈਠ ਕੇ ਅਨੁਪਮ ਖੇਰ ਨੇ ਸ਼ਾਇਦ ਖੁਦ ਬਣਾਈ ਹੈ, ਜਿਸ ਵਿੱਚ ਉਹ ਆਪਣੇ ਬਾਰੇ ਪੰਜਾਬੀ 'ਚ ਬੋਲ ਕੇ ਅਜਿਹੇ ਵੱਡੇ ਖੁਲਾਸੇ ਕਰ ਗਏ ਜਿਸ ਨੂੰ ਸੁਣ ਕੇ ਚੰਗੇ-ਚੰਗੇ ਦੰਦਾਂ ਹੇਠ ਜੀਵ ਦੇ ਰਹੇ ਨੇ। ਜੇ ਨਹੀਂ ਯਕੀਨ ਤਾਂ ਜਰਾ ਆਹ ਦੇਖੋ। ਹਾਲੇ ਤੁਹਾਡੇ ਠੀਕ ਠਾਕ? ਕੀ ਨਾਂ ਤੁਹਾਡਾ? ਭਗਤ ਸਿੰਘ। ਭਗਤ ਸਿੰਘ ਜੀ, ਵਾਹ! ਭਗਤ ਸਿੰਘ, ਪਹਿਲੇ ਭਗਤ ਸਿੰਘ ਨੂੰ ਮਿਲਿਆ ਹੈ? ਲਾਈਫ 'ਚ ਪਹਿਲਾ ਭਗਤ ਸਿੰਘ ਨੂੰ ਮਿਲਿਆ ਮੈਂ, ਮੇਰੀ ਬਾਬੇ ਦੀ ਮਿਹਰ ਹੈ। ਤੁਸੀਂ ਚਲੋ ਜੀ 60th 115 East। ਓਕੇ, ਕਿੱਥੇ ਦੇ ਰਹਿਣ ਵਾਲੇ ਹੋ? ਪੰਜਾਬ, ਜਲੰਧਰ। ਜਲੰਧਰ ਕਿੰਨੇ ਸਾਲ ਹੋ ਗਏ ਇੱਥੇ ਆਣੇ ਨੂੰ? ਇੱਥੇ ਹੋ ਗਏ 30 ਸਾਲ ਹੋ ਗਏ। 30 ਸਾਲ ਹੋ ਗਏ, ਚੰਗਾ ਲੱਗ ਰਿਹਾ? ਹਾਂ, ਬਹੁਤ ਵਧੀਆ, ਬਹੁਤ ਵਧੀਆ। ਪੰਜਾਬ ਜਾਇਆ ਕਰ ਗਏ ਸੀ? ਹਾਂ, 5 ਮਹੀਨੇ ਹੋ ਗਏ। 5 ਮਹੀਨੇ ਹੋ ਗਏ। ਉੱਥੇ ਕੌਣ ਕੌਣ ਰਹਿੰਦਾ ਅੱਜ ਕੱਲ? ਉੱਥੇ ਮੇਰੀ ਸਿਸਟਰ ਆ। ਤੇ ਮੈਨੂੰ ਤੁਸੀਂ ਪਛਾਣ ਲਿਆ ਹੈ? ਹਾਂਜੀ, ਅਨੁਪਮ ਖੇਰ। ਹਾਂਜੀ ਹਾਂਜੀ, ਬਿਲਕੁਲ। ਵੇਖੀਆਂ ਫਿਲਮਾਂ ਮੇਰੀਆਂ? ਫਿਲਮਾਂ ਕੀ ਜੰਮਦੇ ਛੋਟੇ ਹੁੰਦੇ ਨੇ ਦੇਖੀਆਂ। ਛੋਟੇ ਹੁੰਦਿਆਂ ਨੇ ਵੇਖੀ ਤੇ ਮੈਂ ਵੀ ਛੋਟਾ ਹੀ ਸੀਗਾ ਉਸ ਵੇਲੇ। ਅੱਛਾ, ਕਿੰਨੇ ਸਾਲ ਦੇ ਆ ਗਏ ਤੁਸੀਂ? 58 ਦੇ ਹੋ ਗਏ। 58 ਦੇ ਹੋ ਗਏ। ਹਾਂਜੀ, ਵੈਰੀ ਗੁੱਡ। ਭਗਤ ਸਿੰਘ ਜੀ, ਬਹੁਤ ਚੰਗਾ ਲੱਗਿਆ ਮੈਨੂੰ ਤੁਹਾਨੂੰ ਮਿਲ ਕੇ। ਬਹੁਤ ਖੁਸ਼ੀ ਹੋਈ। ਬਹੁਤ ਖੁਸ਼ੀ ਹੋਈ। ਕੀ ਆ, ਵਾਹ ਜੀ ਵਾਹ, ਤੁਸੀਂ ਆਪਣੇ ਬਾਲੀਵੁੱਡ ਦੇ ਐਕਟਰ ਮਿਲੇ। ਹਾਂਜੀ ਹਾਂਜੀ, ਇੰਡੀਅਨ ਹੈਗੇ ਜੀ, ਸਭ ਤੋਂ ਵੱਡੀ ਗੱਲ ਤੇ ਹੈ ਇੰਡੀਅਨ ਮਿਲਦੇ ਨਾ ਬਾਹਰ ਤੇ ਚੰਗਾ ਲੱਗਦਾ। ਮੈਨੂੰ ਨਹੀਂ ਸੀ ਪਤਾ ਤੁਸੀਂ ਪੰਜਾਬੀ ਹੋ। ਮੈਂ ਪੰਜਾਬੀ ਬੋਲ ਲੈਣਾ, ਮੈਂ ਲਿਖ ਵੀ ਲੈਣਾ, ਪੜ੍ਹ ਵੀ ਲੈਣਾ। ਕਮਾਲ ਕਰ ਦਿਆ। ਹਾਂ, ਤੁਸੀਂ ਲਿਖ ਲੈਂਦੇ ਹੋ? ਹਾਂਜੀ ਹਾਂਜੀ, ਪੰਜਾਬ ਪੂੜਾ ਐੜਾ ਕੱਕਾ ਕੱਖਾ ਗੱਗਾ ਨੰਨਾ ਸਭ ਮੈਨੂੰ ਆਉਂਦਾ। ਨਾਈਸ ਟੂ ਮੀਟ ਯੂ। ਸਾਨੂੰ ਯਕੀਨ ਹੈ ਕਿ ਇਸ ਬਾਲੀਵੁੱਡ ਅਦਾਕਾਰ ਦਾ ਜੋ ਰੂਪ ਅੱਜ ਤੁਸੀਂ ਵੇਖਿਆ ਉਸਨੇ ਯਕੀਨਨ ਤੁਹਾਡੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਾਨ ਜ਼ਰੂਰ ਲੈ ਆਉਂਦੀ ਹੋਵੇਗੀ, ਖਾਸ ਕਰ ਅਨੁਪਮ ਖੇਰ ਦੀ ਪੰਜਾਬੀ ਤੇ ਉਸ ਮੂੰਹ ਊੜਾ ਆੜਾ ਸੁਣ ਕੇ। ਤੇ ਇਹ ਸਬਕ ਹੈ ਉਹਨਾਂ ਪੰਜਾਬੀਆਂ ਲਈ ਜਿਹੜੇ ਆਪਣੀ ਮਾਂ ਬੋਲੀ ਤੋਂ ਦੂਰ ਹੋ ਕੇ ਅੰਗਰੇਜ਼ੀ ਹਿੰਦੀ ਵਰਗੀਆਂ ਮਾਸੀਆਂ ਤੇ ਨਾਨੀਆਂ ਦੀਆਂ ਕਢਾਣੀਆਂ ਦੇ ਲੜ ਲੱਗਣ ਤੁਰ ਪੈਂਦੇ ਨੇ। ਦੋਸਤੋ, ਪੰਜਾਬੀ ਪੜ੍ਹੋ, ਪੰਜਾਬੀ ਬੋਲੋ ਤੇ ਪੰਜਾਬੀ ਦਿਖੋ। ਕੀ ਪਤਾ ਤੁਹਾਨੂੰ ਵੀ ਕਦੇ ਕਿਤੇ ਭਗਤ ਸਿੰਘ ਵਾਂਗ ਕੋਈ ਅਨੁਪਮ ਖੇਰ ਟੱਕਰ ਜਾਵੇ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।